ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਸੂਬਾ ਸਰਕਾਰ ਦੀਆਂ ਨੀਤੀਆਂ ਉਤੇ ਸਵਾਲ ਚੁੱਕੇ ਹਨ ਇੱਕ ਵਾਰ ਫਿਰ ਮੀਡੀਆ ਨਾਲ ਵਕ-ਵਕ ਮੁੱਦਿਆਂ ਤੇ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਸਰਕਾਰ ਦੀ ਨੀਤੀ ਤੇ ਸਵਾਲ ਉਠਾਉਂਦੇ ਹੋਏ ਸ਼ਰਾਬ ਨੀਤੀ ਬਿਜਲੀ ਅਤੇ ਮਾਈਨਿੰਗ ਤੇ ਸਰਕਾਰ ਨੂੰ ਘੇਰਿਆ ਬਿਜਲੀ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਕਰਜ਼ਾ ਲੈ ਕੇ ਬਿਜਲੀ ਮੁਫਤ ਕੀਤੀ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਜੋ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਨੂੰ ਦੇਣੇ ਸਨ ਉਹ ਵੀ ਹਾਲੇ ਤੱਕ ਨਹੀਂ ਦਿੱਤੇ ਗਏ ਆਮ ਆਦਮੀ ਕਲੀਨਿਕ ਉਤੇ ਤੰਜ ਕੱਸਦੇ ਹਨ ਉਹਨਾਂ ਨੇ ਕਿਹਾ ਹੈ ਕਿ ਕਰੋੜਾਂ ਦਾ ਖਰਚਾ ਕਰ ਦਿੱਤਾ ਗਿਆ ਪਰ ਲੋਕ ਅਜੇ ਵੀ ਸੇਵਾ ਹੌਲਤਾ ਤੋਂ ਵਾਂਝੇ ਹਨ